ਸੋ ਬੱਚਿਓ ਚਲੋ ਚੈੱਕ ਕਰਦੇ ਆਂ ਆਪਾਂ ਮੈਰਿਟ ਲਿਸਟ ਥੋੜਾ ਜਿਹਾ ਧਿਆਨ ਮਾਰਦੇ ਆਂ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਟੋਟਲ ਸਾਡੇ ਮੈਰਿਟ ਲਿਸਟ ਵਿੱਚ ਆਏ ਹੋਏ ਆ 343 ਠੀਕ ਹੈ 343 ਬੱਚੇ ਆ ਸੋ ਸਾਨੂੰ ਜਲਦੀ ਜਲਦੀ ਚੈੱਕ ਕਰਨਾ ਪੈਣਾ ਪਰ ਚੈੱਕ ਕਰਦੇ ਆਂ ਕਿਉਂਕਿ ਰਿਜ਼ਲਟ ਦਾ ਟਾਈਮ ਹੈਗਾ ਥੋੜਾ ਜਿਹਾ ਸਾਹ ਲੈ ਲਓ ਚੈੱਕ ਕਰ ਲੈਂਦੇ ਕੀ ਪਤਾ ਕਿਸੇ ਦਾ ਤੁੱਕਾ ਲੱਗ ਗਿਆ ਹੋਵੇ ਤੇ ਮੈਰਿਟ ਲਿਸਟ ਵਿੱਚ ਨਾ ਹੀ ਆ ਗਿਆ ਹੋਵੇ ਸੋ ਚਲੋ ਸਟਾਰਟ ਕਰਦੇ ਆਂ ਚੈੱਕ ਕਰਨਾ ਠੀਕ ਹੈ ਆਪਾਂ ਸਕੂਲ ਦਾ ਨਾਮ ਦੇਖਾਂਗੇ ਤਾਂ ਕਿਹੜਾ ਪਿੰਡ ਹੈ ਉਸ ਤੋਂ ਦੇਖਾਂਗੇ ਠੀਕ ਹੈ ਜਿਵੇਂ ਕਿ ਫਰਸਟ ਨ मानसा तो वा दशमीस कॉन्वेंट सीनियर सैकेंडरी स्कूल है सैकेंड नंबर पर श्रेया सिंगला जो कि बठिंडा तो है सैकंडरी पब्लिक स्कूल थर्ड नंबर पर नवप्रीत कौर जो कि लुधियाने तो वा ठीक है फोकल पॉइंट बी सी एम सीनीयर सैकेंडरी स्कूल ठीक है उस तो बाद फोर्थ पॉइंट पर जो कि नवनीत सिंह है ठीक है पटियाले तो इस है गवर्नमेंट सीनीय सैकेंडरी स्कूल सिविल लाइनस उस तो बाद फिफ्थ नंबर पर कौन है सरकारी सीनीर सैकेंडरी स्कूल लुधियाना तो भी लुधियाना तो वाँ ਠੀਕ ਹੈ ਜੋ ਕਿ ਦੇਖੋ ਪੰਜਵੇਂ ਨੰਬਰ ਤੇ 495 ਨੰਬਰ ਪੰਜ ਨੰਬਰ ਹੀ ਘਟ ਹੈ ਉਸ ਤੋਂ ਬਾਅਦ ਛੇਵੇਂ ਨੰਬਰ ਤੇ ਸਾਡਾ ਹੈ ਸ਼ਹੀਦ ਹਰਪਾਲ ਜੋ ਕਿ ਅੰਮ੍ਰਿਤਸ ਅੰਮ੍ਰਿਤ ਸਿੰਘ ਤੇ ਹਮਿੰਦਰ ਸਿੰਘ ਅੰਮ੍ਰਿਤਸਰ ਤੋਂ ਆ ਉਸ ਤੋਂ ਬਾਅਦ ਸੱਤਵੇਂ ਨੰਬਰ ਤੋਂ ਬਠਿੰਡਾ ਠੀਕ ਹੈ ਉਸ ਤੋਂ ਬਾਅਦ ਅੱਠਵੇਂ ਨੰਬਰ ਤੇ ਸ੍ਰੀ ਮੁਖਸਰ ਸਾਹਿਬ ਤੁਸੀਂ ਇੱਕ ਵਾਰੀ ਨਾਮ ਆਪਣੇ ਚੈੱਕ ਕਰ ਲਓ ਖੁਸ਼ੀ ਗਾਰਗਾ ਠੀਕ ਹੈ ਉਸ ਤੋਂ ਬਾਅਦ ਗੁਰਦਾਸਪੁਰ ਤੋਂ ਕੌਣ ਹੈ ਆਸ਼ਮੀਨ ਕੌਰ ਉਸ ਤੋਂ ਬਾਅਦ ਸ਼ਮਨਿਤ ਪ੍ਰੀਤ ਰੂਪਨਗਰ ਠੀਕ ਹੈ ਮੁਖਸਰ ਇਸ ਸਕੂਲ ਇਹ ਤੁਸੀਂ ਆਪ ਹੀ ਖੁਦ ਹੀ ਚੈੱਕ ਕਰ ਲਓ ਆਪਾਂ ਸलो 모ਸ਼ਨ ਵਿੱਚ ਚੈੱਕ ਕਰ ਲੈਣੇ ਆ ਇੱਥੋਂ ਚੈੱਕ ਹੋ ਜਾਣਾ ਪਹਿਲਾਂ ਤੁਸੀਂ ਦੇਖ ਲਓ ਕਿ ਤੁਹਾਡੇ ਜ਼ਿਲ੍ਹੇ ਚੋਂ ਹੈ ਕਿ ਨਹੀਂ ਉਸ ਤੋਂ ਬਾਅਦ ਨਾਲ ਹੀ ਤੁਸੀਂ ਸਕੂਲ ਚੈੱਕ ਕਰ ਲਿਓ ਠੀਕ ਹੈ ਸੋ ਮੈਂ ਜ਼ਿਲ੍ਹੇ ਦਾ ਨਾਮ ਬੋਲ ਦਿੰਦਾ ਆ ਨਾਲ ਹੀ ਤੁਸੀਂ ਇੱਧਰ ਚੈੱਕ ਕਰ ਲਿਓ ਕਿ ਤੁਸੀਂ ਜੇ ਜਿਸ ਜ਼ਿਲ੍ਹੇ ਦਾ ਮੈਂ ਹੁਣ ਰੂਪਨਗਰ ਬੋਲਿਆ ਠੀਕ ਹੈ ਰੂਪਨਗਰ ਜੇ ਤੁਸੀਂ ਰੂਪਨਗਰ ਦੇ ਹੋਗੇ ਤੇ ਸਟਾਪ ਕਰ ਲਿਓ ਵੀਡੀਓ ਐਂਡ ਚੈੱਕ ਕਰ ਲਿਓ ਰੂਪਨਗਰ ਦੇ ਤੁਸੀਂ ਤੁਹਾਡਾ ਹੀ ਨਾਮ ਹੈ ਕਿ ਨਹੀਂ ਹੈ ਠੀਕ ਹੈ ਐਮ ਦਾ ਸਕੂਲ ਹੈਗਾ ਕਿ ਨਹੀਂ ਹੈਗਾ ਸੋ ਚੈੱਕ ਕਰਦੇ ਆਪਾਂ ਕਿਨੇ ਚੱਕਰ ਚੁੱਕੇ ਆਂ ਬਠਿੰਡਾ ਹੋ ਗਿਆ ਉਹ ਤੋਂ ਮੁਕਸਰ ਹੋ ਗਿਆ ਗੁਰਦਾਸਪੁਰ ਰੂਪਨਗਰ ਫਿਰ ਮੁਕਸਰ ਆਇਆ ਬਠਿੰਡਾ ਠੀਕ ਹੈ ਉਸ ਤੋਂ ਬਾਅਦ ਸਾਡਾ ਲੁਧਿਆਣਾ ਠੀਕ ਹੈ ਉਸ ਤੋਂ ਬਾਅਦ ਗੁਰਦਾਸਪੁਰ ਫੇਰ ਗੁਰਦਾਸਪੁਰ ਮੁਕਸਰ ਪਟਿਆਲਾ ਲੁਧਿਆਣਾ ਗੁਰਦਾਸਪੁਰ ਪਟਿਆਲਾ ਰੂਪਨਗਰ ਉਸ ਤੋਂ ਬਾਅਦ ਰੂਪਨਗਰ ਤੋਂ ਬਾਅਦ ਕਿਹੜਾ ਆ ਲੁਧਿਆਣਾ ਫਿਰ ਹੁਸ਼ਿਆਰਪੁਰ ਫਿਰ ਪਟਿਆਲਾ ਠੀਕ ਹੈ ਯਾਨੀ ਕਿ ਪਹਿਲੇ 24 ਬੱਚਿਆਂ ਵਿੱਚੋਂ ਤੁਹਾਡਾ ਨੇਮ ਤਾਂ ਨਹੀਂ ਹੈਗਾ ਚੈੱਕ ਕਰ ਲਓ ਪਹਿਲੀ ਲਿਸਟ ਵਿੱਚੋਂ ਠੀਕ ਹੈ ਹੁਣ ਸੈਕੰਡ ਲਿਸਟ ਚੈੱਕ ਕਰਦੇ ਹਾਂ ਸੈਕੰਡ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ ਤੇ 25ਵੇਂ ਨੰਬਰ ਤੇ ਗੁਰਦਾਸਪੁਰ ਠੀਕ ਹੈ ਤੁਹਾਡਾ ਨਾਮ ਤਾਂ ਨਹੀਂ ਚੈੱਕ ਕਰ ਲਓ ਫਿਰ ਲੁਧਿਆਣਾ ਫਿਰ ਮੋਗਾ ਫਿਰ ਫਜ਼ਿਲਕ ਫਜ਼ਿਲਕਾ ਫਾਜ਼ਿਲਕਾ ਅੰਮ੍ਰਿਤਸਰ ਜਲੰਧਰ ਜਲੰਧਰ ਵਿੱਚੋਂ ਸਾਡਾ ਸਕੂਲ ਤਾਂ ਨਹੀਂ ਹੈਗਾ ਬਈ ਸੋ ਫਰੀਦਕੋਟ ਗੁਰਦਾਸਪੁਰ ਅੰਮ੍ਰਿਤਸਰ ਫਿਰ ਅੰਮ੍ਰਿਤਸਰ ਹਸ਼ਿਆਰਪੁਰ ਫਰੀਦਕੋਟ ਠੀਕ ਹੈ ਉਸ ਤੋਂ ਬਾਅਦ ਐਸ ਐਸ ਨਗਰ ਫੇ ਫਜ਼ਿਲਕਾ ਫਿਰ ਬਠਿੰਡਾ ਫੇ ਫਿਰੋਜਪੁਰ ਫੇ ਮਾਨਸਾ ਫੇ ਸ਼ਹੀਦ ਭਗਤ ਸਿੰਘ ਨਗਰ ਫਿਰ ਹੈਗਾ ਸਾਡਾ ਫਰੀਦਕੋਟ ਮੁਖਸਰ ਸਾਹਿਬ ਮਾਨਸਾ ਲੁਧਿਆਣਾ ਫੇ ਲੁਧਿਆਣਾ ਫਿਰ ਮੁਖਸਰ ਇਹਨਾਂ ਵਿੱਚੋਂ ਦੇਖੋ ਦੂਸਰੀ ਲਿਸਟ ਵਿੱਚ ਤੁਹਾਡਾ ਤਾਂ ਨਹੀਂ ਹੈਗਾ ਨਾਮ ਕੋਈ ਨਹੀਂ ਹੈ ਚਲੋ ਆਪਾਂ ਥਰਡ ਲਿਸਟ ਚੈੱਕ ਕਰਦੇ ਹਾਂ ਸੋ ਇਹਦੇ ਵਿੱਚੋਂ ਸਭ ਤੋਂ ਪਹਿਲੇ ਤੇ ਨਾਮ ਹੈ ਮਲੇਰ ਕੋਟਲਾ ਫੇ ਫਰੀਦਕੋਟ ਆਪਾਂ ਨਾਲ-ਨਾਲ ਨੰਬਰ ਨਹੀਂ ਦਿਖਾ ਰਹੇ ਨਾ ਨੰਬਰ ਵੀ ਦੇਖ ਲਿਓ ਬੱਚੇ ਜੇ ਤੁਹਾਡਾ ਵਿੱਚੋਂ ਹੈਗਾ ਤਾਂ ਨੰਬਰ ਵੀ ਹੈਗਾ ਨਾਲ ਹੀ ਹੈ ਠੀਕ ਹੈ ਨੰਬਰ ਦੇਖ ਲਿਓ ਤੁਸੀਂ ਉਸ ਤੋਂ ਬਾਅਦ ਦੇਖੋ ਜਿਹੜੀ ਥਰਡ ਲਿਸਟ ਹੈ ਇਹਦੇ ਵਿੱਚ ਸਾਡਾ ਲੁਧਿਆਣਾ ਫਿਰ ਬਰਨਾਲਾ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਫਿਰ ਅੰਮ੍ਰਿਤਸਰ ਲੁਧਿਆਣਾ ਮਾਨਸਾ ਮਾਨਸਾ ਠੀਕ ਹੈ ਐਸ ਬੀ ਐਸ ਨਗਰ ਉਸ ਤੋਂ ਹੁਸ਼ਿਆਰਪੁਰ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਫਿਰ ਗੁਰਦਾਸਪੁਰ ਫਰੀਦਕੋਟ ਲੁਧਿਆਣਾ ਅੰਮ੍ਰਿਤਸਰ ਸੰਗਰੂਰ ਗੁਰਦਾਸਪੁਰ ਫਜ਼ੀਲਕਾ ਗੁਰਦਾਸਪੁਰ ਅਜ ਜਲੰਧਰ ਦਾ ਹੈ ਹੀ ਨਹੀਂ ਕੋਈ ਇੱਕ ਬੱਚਾ ਸੀ ਜਲੰਧਰ ਦਾ ਉਹ ਵੀ ਸਾਡਾ ਸਕੂਲ ਹੈ ਨਹੀਂ ਸੀ ਉਸ ਤੋਂ ਬਾਅਦ ਲੁਧਿਆਣਾ ਬੁੱਲਦਿਆਣਾ ਅੰਮ੍ਰਿਤਸਰ ਬਹੁਤ ਹੈ ਨਾ ਦੇਖੋ ਲੁਧਿਆਣਾ ਅੰਮ੍ਰਿਤਸਰ ਫਿਰ ਲੁਧਿਆਣਾ ਫਿਰ ਅੰਮ੍ਰਿਤਸਰ ਫਿਰ ਪਟਿਆਲਾ ਫਿਰ ਅੰਮ੍ਰਿਤਸਰ ਫਿਰ ਜਲੰਧਰ ਇਖਾ Nehru Garden ਵਾਹ Nehru Garden ਦੇ ਇੱਕ ਵਿੱਚ ਕੌਣਾ ਹੈ ਖੁਸ਼ੀ ਮੈਰਿਟ ਲਿਸਟ ਵਿੱਚ ਆ ਗਏ ਬਈ ਕਿੰਨੇ 79 ਨੰਬਰ ਤੇ ਆ ਠੀਕ ਹੈ ਜਿਹਦੇ ਕੀ ਨੰਬਰ ਹੈ 490 ਨੰਬਰ ਵਾਓ ਨੇਰੂ ਗਾਰਡਨ ਹਰੀਕਵਾਰੀ ਹੁੰਦਾ ਹੈ ਵੈਰੀ ਗੁੱਡ ਸ਼ਾਬਾਸ਼ ਉਸ ਤੋਂ ਬਾਅਦ ਲੁਧਿਆਣਾ ਫਿਰ ਪਟਿਆਲਾ ਫਿਰ ਅੰਮ੍ਰਿਤਸਰ ਗੁਰਦਾਸਪੁਰ ਫਿਰ ਫਿਰੋਜ਼ਪੁਰ ਐਸ ਐਸ ਨਗਰ ਫਿਰ ਅੰਮ੍ਰਿਤਸਰ ਫਿਰ ਲੁਧਿਆਣਾ ਫਿਰ ਬਠਿੰਡਾ ਹੈ ਰੂਪਨਗਰ ਫਿਰ ਹੁਸ਼ਿਆਰਪੁਰ ਹੈ ਫਿਰ ਪਟਿਆਲਾ ਫਿਰ ਪਟਿਆਲਾ ਫਿਰ ਮੋਗਾ ਫਿਰ ਬਠਿੰਡਾ ਫਿਰ ਫਿਰੋਜ਼ਪੁਰ ਠੀਕ ਹੈ ਉਸ ਤੋਂ ਬਾਅਦ ਫਿਰ ਕਪੂਰਥਲਾ ਠੀਕ ਹੈ ਇਸ ਲਿਸਟ ਵਿੱਚ ਦੇਖ ਲਓ ਤੁਹਾਡਾ ਨਾਮ ਤਾਂ ਨਹੀਂ ਹੈਗਾ ਹੈ ਠੀਕ ਹੈ ਜੇ ਫੋਰਥ ਲਿਸਟ ਉਸ ਤੋਂ ਬਾਅਦ ਫਿਫਥ ਲਿਸਟ ਦੇਖਦੇ ਹਾਂ ਜੋ ਕਿ 97 ਤੋਂ ਲੈ ਕੇ ਆ ਸਾਡਾ 120 ਤੱਕ ਇਹਦੇ ਵਿੱਚ ਕਿਹੜਾ ਆ ਫਿਪਲੇ ਨੰਬਰ ਤੇ ਮੋਗਾ ਆ ਫਿਰ ਗੁਰਦਾਸਪੁਰ ਹੈ ਫਿਰ ਮੁਕਸਰ ਲੁਧਿਆਣਾ ਫਿਰ ਲੁਧਿਆਣਾ ਹੁਸ਼ਿਆਰਪੁਰ ਗੁਰਦਾਸਪੁਰ ਫਿਰੋਜ਼ਪੁਰ ਪਟਿਆਲਾ ਪਟਿਆਲਾ ਗੁਰਦਾਸਪੁਰ ਗੁਰਦਾਸਪੁਰ ਐਸਐਸ ਨਗਰ ਪਟਿਆਲਾ ਅੰਮ੍ਰਿਤਸਰ ਫਿਰ ਪਟਿਆਲਾ ਉਸ ਤੋਂ ਬਾਅਦ ਪਟਿਆਲਾ ਦੇਖੋ ਗੁਰਦਾਸਪੁਰ ਹੈ ਫਜ਼ਲ ਫਾਜ਼ਿਲਕਾ ਗੁਰਦਾਸਪੁਰ ਅੰਮ੍ਰਿਤਸਰ SBS ਨਗਰ ਫਿਰੋਜ਼ਪੁਰ ਬਠਿੰਡਾ ਮੁਖਸਰ ਸਾਹਿਬ ਸਾਡਾ ਸਕੂਲ ਤਾਂ ਹੈ ਨਹੀਂ ਇਹਦੇ ਵਿੱਚ ਤੁਹਾਡਾ ਸਕੂਲ ਦੇਖਿਆ ਤੋਂ ਤੁਹਾਡਾ ਤਾਂ ਨਹੀਂ ਠੀਕ ਹੈ ਉਸ ਤੋਂ ਬਾਅਦ ਨੈਕਸਟ ਚੈੱਕ ਕਰਦੇ ਹਾਂ ਅਸੀਂ ਪੰਜਵੀਂ ਲਿਸਟ ਪੰਜਵੀਂ ਕਿ ਛੇਵੀਂ ਪਤਾ ਨਹੀਂ ਹੈ ਠੀਕ ਹੈ 120 ਤੋਂ ਲੈ ਕੇ 144 ਤੱਕ ਇਹਦੇ ਵਿੱਚ ਸੋ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਲੁਧਿਆਣਾ ਫਿਰੋਜ਼ਪੁਰ ਫਿਰ ਗੁਰਦਾਸਪੁਰ ਫਿਰ ਫਿਰੋਜ਼ਪੁਰ ਫਿਰ ਗੁਰਦਾਸਪੁਰ ਲੁਧਿਆਣਾ ਫਿਰ ਲੁਧਿਆਣਾ ਐਸਐਸ ਨਗਰ ਗੁਰਦਾਸਪੁਰ ਮੁਖਸਰ ਲੁਧਿਆਣਾ ਤਰਨਤਾਰਨ ਮੁਖਸਰ ਸਾਹਿਬ ਫਿਰੋਜ਼ਪੁਰ ਪਟਿਆਲਾ ਗੁਰਦਾਸਪੁਰ ਅਮ੍ਰਿਤਸਰ ਪਟਿਆਲਾ ਮਲੇਰ ਕੋਟਲਾ ਹੁਸ਼ਿਆਰਪੁਰ ਕਪੂਰਥਲਾ ਉਸ ਤੋਂ ਬਾਅਦ ਤਰਨਤਾਰਨ ਪਟਿਆਲਾ ਫਿਰ ਪਟਿਆਲਾ ਸਾਡਾ ਤਹੈਨੀ ਜਲੰਧਰ ਬਈ ਦੋ ਹੀ ਬੱਚੇ ਹੱਲੇ ਤੱਕ ਆਏ ਆ ਦੇਖ ਲਓ ਉਸ ਤੋਂ ਬਾਅਦ ਸੋ ਨੈਕਸਟ ਦੇਖੋ ਬੱਚੇ 145 ਤੋਂ ਇਹਦੇ ਵਿੱਚ ਹੈਗਾ ਪਠਾਨਕੋਟ ਹੁਸ਼ਿਆਰਪੁਰ ਅਮ੍ਰਿਤਸਰ ਲੁਧਿਆਣਾ ਇਹ ਹੁਸ਼ਿਆਰਪੁਰ ਫਿਰ ਲੁਧਿਆਣਾ ਫਿਰ ਰੂਪਨਗਰ ਫਿਰ ਤਰਨਤਾਰਨ ਅਮ੍ਰਿਤਸਰ ਸੰਗਰੂਰ ਗੁਰਦਾਸਪੁਰ ਫਿਰ ਲੁਧਿਆਣਾ ਫਿਰ ਅਮ੍ਰਿਤਸਰ ਲੁਧਿਆਣਾ ਇਹ ਆਰੇ ਨਾਦੀ ਨੇ ਵੀ ਆਈ ਜਾਂਦੇ ਲੁਧਿਆਣਾ ਹਸ਼ਿਆਰਪੁਰ ਗੁਰਦਾਸਪੁਰ ਮੁਕਸਰ ਸਾਹਿਬ ਬਠਿੰਡਾ ਹਸ਼ਿਆਰਪੁਰ ਕਪੂਰਥਲਾ ਸੰਗਰੂਰ ਉਸ ਤੋਂ ਬਾਅਦ ਫੇਰ ਲੁਧਿਆਣਾ ਫੇਰ ਪਟਿਆਲਾ ਫੇਰ ਲੁਧਿਆਣਾ 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 ਹੀ ਟੌਪ ਤੇ ਆ ਉਸ ਤੋਂ ਬਾਅਦ ਨੈਕਸਟ ਲਿਸਟ ਵਿੱਚ ਦੇਖਦੇ ਹਾਂ ਜੋ ਕਿ 169 ਤੋਂ ਲੈ ਕੇ 192 ਤੱਕ ਹੈ ਇਹਦੇ ਵਿੱਚ ਸਾਡਾ ਹੈ ਪਟਿਆਲਾ ਬਠਿੰਡਾ ਫਜ਼ਿਲ ਫਾਜ਼ਿਲਕਾ ਲੁਧਿਆਣਾ ਪਟਿਆਲਾ ਰੂਪਨਗਰ ਬਰਨਾਲਾ ਲੁਧਿਆਣਾ ਹਸ਼ਿਆਰਪੁਰ ਮੁਕਸਰ ਰੂਪਨਗਰ ਬਰਨਾਲਾ ਗੁਰਦਾਸਪੁਰ ਠੀਕ ਹੈ ਫਿਰ ਐਸਐਸ ਨਗਰ ਫਿਰ ਉਸ ਤੋਂ ਬਾਅਦ ਬਰਨਾਲਾ ਇਹ ਲੁਧਿਆਣਾ ਬਰਨਾਲਾ ਫਰੀਦਕੋਟ ਰੂਪਨਗਰ ਲੁਧਿਆਣਾ ਐਸਬੀਐਸ ਨਗਰ ਗੁਰਦਾਸਪੁਰ ਫਗਵਾੜਾ ਕਪੂਰਥਲਾ ਤਰਨਤਾਰਨ ਹੁਸ਼ਿਆਰਪੁਰ ਇਹਦੇ ਵਿੱਚ ਵੀ ਸਾਡਾ ਸਕੂਲ ਤਾਂ ਹੈ ਨਹੀਂ ਬਈ ਠੀਕ ਹੈ ਉਸ ਤੋਂ ਬਾਅਦ ਨੈਕਸਟ ਲੈਸ ਦੇਖਦੇ ਹਾਂ ਜੋ ਕਿ 193 ਤੋਂ 216 ਤੱਕ ਹੈ ਇਹਦੇ ਵਿੱਚ ਸਾਡਾ ਬਠਿੰਡਾ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਅਸਤਵਾਸ ਸਰ ਫੇ ਲੁਧਿਆਣਾ ਫਿਰ ਮਲੇਰਕੋਟਲਾ ਗੁਰਦਾਸਪੁਰ ਪਟਿਆਲਾ ਅੰਮ੍ਰਿਤਸਰ ਮਲੇਰਕੋਟਲਾ ਅੰਮ੍ਰਿਤਸਰ ਗੁਰਦਾਸਪੁਰ ਫਰੀਦਕੋਟ ਅੰਮ੍ਰਿਤਸਰ ਵਾ ਫਿਰ ਇੱਕਾਇਤ ਜਲੰਧਰ ਇਹ ਦੇਖਦੇ ਕਿਹੜਾ ਸਕੂਲ ਹੈ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰਾ ਠੀਕ ਹੈ ਇਹ ਵੀ ਸਾਡਾ ਤਾਂ ਸਕੂਲ ਨਹੀਂ ਹੈਗਾ ਆ ਫਿਰ ਹੁਸ਼ਿਆਰਪੁਰ ਆ ਗਿਆ ਫਿਰ ਪਟਿਆਲਾ ਗੁਰਦਾਸਪੁਰ ਪਟਿਆਲਾ ਮੋਗਾ ਫਾਜ਼ਿਲਕਾ ਫਿਰ ਪਟਿਆਲਾ ਰੂਪਨਗਰ ਐਂਡ ਅੰਮ੍ਰਿਤਸਰ ਇਹਦੇ ਵਿੱਚ ਤੁਹਾਡਾ ਸਕੂਲ ਹੈ ਕੋਈ 9 ਫਿਰ ਚੱਲਦੇ ਆ 217 ਤੋਂ ਲੈ ਕੇ 240 ਇਹਦੇ ਵਿੱਚ ਦੇਖੋ ਪਹਿਲੇ ਨੰਬਰ ਤੇ ਪਟਿਆਲਾ ਆ ਠੀਕ ਹੈ ਉਸ ਤੋਂ ਬਾਅਦ ਮਾਨਸਾ ਫਿਰ ਮਾਨਸਾ ਫਿਰ ਰੂਪਨਗਰ ਫਿਰ ਮਾਨਸਾ ਫਿਰ ਫਤਿਹਗੜ ਸਾਹਿਬ ਉਸ ਤੋਂ ਬਾਅਦ ਬਠਿੰਡਾ ਕਪੂਰਥਲਾ ਹੁਸ਼ਿਆਰਪੁਰ ਮਾਨਸਾ ਲੁਧਿਆਣਾ ਕਪੂਰਥਲਾ ਹੁਸ਼ਿਆਰਪੁਰ ਬਰਨਾਲਾ ਅਤੇ ਅਮਰੀਕਸਰ ਪਟਿਆਲਾ ਫਰੀਦਕੋਟ ਫਿਰੋਜ਼ਪੁਰ ਉਸ ਤੋਂ ਬਾਅਦ ਪਠਾਨਕੋਟ ਹੈ ਗੁਰਦਾਸਪੁਰ ਹੈ ਐਸਐਸ ਨਗਰ ਹੈ ਗੁਰਦਾਸਪੁਰ ਸੰਗਰੂਰ ਲੁਧਿਆਣਾ ਜ 240 ਹੋ ਗਏ ਉਸ ਤੋਂ ਬਾਅਦ 241 ਤੋਂ ਲੈ ਕੇ 264 ਇਹਦੇ ਵਿੱਚ ਦੇਖੋ ਤੁਹਾਡਾ ਸਕੂਲ ਹੈਗਾ ਫਿਰ ਐਸਬੀਐਸ ਨਗਰ ਦਾ ਪਹਿਲੇ ਤੇ ਆ ਉਸ ਤੋਂ ਬਾਅਦ ਮੁਕਤਸਰ ਸਾਹਿਬ ਹੈ ਫਿਰ ਹੁਸ਼ਿਆਰਪੁਰ ਫਿਰ ਮੁਕਤਸਰ ਸਾਹਿਬ ਫਿਰ ਗੁਰਦਾਸਪੁਰ ਫਿਰ ਫਿਰੋਜ਼ਪੁਰ ਫਿਰ ਸਾਡਾ ਹੈ ਹੁਸ਼ਿਆਰਪੁਰ ਫਿਰ ਪਟਿਆਲਾ ਫਿਰ ਹੁਸ਼ਿਆਰਪੁਰ ਫਿਰ ਅੰਮ੍ਰਿਤਸਰ ਫਿਰ ਮੁਕਸਰ ਫਿਰ ਮੋਗਾ ਫਿਰ ਕਪੂਰਥਲਾ ਫਿਰ ਐਸਐਸ ਐਸਐਸ ਨਗਰ ਪਟਿਆਲਾ ਉਸ ਤੋਂ ਬਾਅਦ ਨੈਕਸਟ ਹੈ ਅੰਮ੍ਰਿਤਸਰ ਠੀਕ ਹੈ ਲੁਧਿਆਣਾ ਫਰੀਦਕੋਟ ਤਰਨਤਾਰਨ ਪਟਿਆਲਾ ਉਤਵਾ ਤਰਨਤਾਰਨ ਲੁਧਿਆਣਾ ਮੁਕਸਰ ਫਿਰ ਲੁਧਿਆਣਾ ਇਹਦੇ ਵਿੱਚ ਵੀ ਹੈ ਨਹੀਂ ਨੈਕਸਟ ਅਸੀਂ ਚੈੱਕ ਕਰਦੇ ਹਾਂ ਨੈਕਸਟ ਸਾਡਾ ਹੈ दो सौ पैंठ तो लैके दो सौ अठासी बस खत्म हो ही चला है ठीक है ये देखो <स weakest mujahik> सब तो पहले तो लुधियाना फिर गुरदासपुर फिर जलंधर जलंधर साडा स्कूल है कि नहीं है चेक करिए पब्लिक स्कूल नहीं साड़ा स्कूल तो है नहीं है भी ठीक है उस तो बाद अमृतसर है तो बाद फिर अमृतसर फिर लुधियाना फिर गुरदासपुर फिर फजिलका फिर लुधियाना फिर फे लुधियाना फिर गुरदसपुर लुधियाना बठिंडा फिरोजपुर ਫਿਰ ਐਸ اے ਐਸ ਨਗਰ ਫਿਰ ਮਾਨਸਾ ਪਟਿਆਲਾ ਫਰੀਦਕੋਟ ਰੂਪਨਗਰ ਮਾਨਸਾ ਲੁਧਿਆਣਾ ਫਿਰ ਲੁਧਿਆਣਾ ਫਰੀਦਕੋਟ ਫਿਰ ਹੁਸ਼ਿਆਰਪੁਰ ਤੁਹਾਡਾ ਸਕੂਲ ਤੇ ਨੀਣਾ ਵਿੱਚ ਚੈੱਕ ਕਰ ਲਓ ਨਹੀਂ ਹੈ ਚਲੋ ਭਈ ਹੁਣ 312 ਇੱਕ ਲਾਸਟ ਲਿਸਟ ਰਹਿ ਗਈ ਆ ਠੀਕ ਹੈ ਚਲੋ ਇਹ ਚੈੱਕ ਕਰ ਲੈਣ ਦੇ ਇਹਦੇ ਵਿੱਚ ਸਾਡਾ ਸਕੂਲ ਹੈ ਕਿ ਨਹੀਂ ਹੈ ਪਹਿਲੇ ਤੇ ਲੁਧਿਆਣਾ ਆ ਫਿਰ ਫਤਿਹਗੜ੍ਹ ਫਿਰ ਐਸ ਬੀ ਐਸ ਨਗਰ ਗੁਰਦਾਸਪੁਰ ਪਟਿਆਲਾ ਫਿਰ ਰੂਪਨਗਰ कांडਕੋਟ ਸ਼ਰਪੁਰ ਪਟਿਆਲਾ ਫਰੀਦਕੋਟ ਪਟਿਆਲਾ ਬਠਿੰਡਾ ਜਲੰਧਰ ਸ਼ਹਿਰ ਜਿਹਦੇ ਵਿੱਚ ਐਚਐਮਵੀ ਕਾਲਜੈਂਟ ਸੀਨੀਅਰ ਸਕੈਂਡੀ ਸਕੂਲ ਹੈ ਜੋ ਕਿ ਸਾਡਾ ਸਕੂਲ ਨਹੀਂ ਹੈ ਫਿਰ ਤਰਨਤਾਰਨ ਲੁਧਿਆਣਾ ਬਠਿੰਡਾ ਫਜ਼ਿਲਕਾ ਪਟਿਆਲਾ ਉਸ ਤੋਂ ਬਾਅਦ ਸ੍ਰੀ ਮੁਕਸੈ ਸਾਹਿਬ ਮੋਗਾ ਗੁਰਦਾਸਪੁਰ ਐਸਬੀਐਸ ਨਗਰ ਮੁਕਸਰ ਗੁਰਦਾਸਪੁਰ ਇਹ ਵੀ ਨਹੀਂ ਹੈਗਾ ਹੈ ਲਾਸਟ ਲਿਸਟ ਇਹਦੇ ਵਿੱਚ ਦਿਖਵਾਉਣਾ ਚਾਹੀਦਾ ਸਾਡਾ ਉਦੋਂ ਅੱਛ ਸਾਡਾ ਕਿੱਥੋਂ ਹੋਣਾ ਯਾਰ ਚਲੰਦਾ ਤਾਂ ਦਿਖਦਾ ਵੀ ਨਹੀਂ ਹੈ ਫਤਹਿਗੜਾ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਮਾਨਸਾ ਮੁਕਸਰ ਹੁਸ਼ਿਆਰਪੁਰ ਫਿਰੋਜ਼ਪੁਰ ਮੁਕਸਰ ਸਾਹਿਬ ਗੁਰਦਾਸਪੁਰ ਗੁਰਦਾਸਪੁਰ ਉਤੋਂ ਬਾਅਦ ਪਟਿਆਲਾ ਲੁਧਿਆਣਾ ਬਠਿੰਡਾ ਪਟਿਆਲਾ ਪਟਿਆਲਾ ਗੁਰਦਾਸਪੁਰ ਪਟਿਆਲਾ ਠੀਕ ਹੈ ਫਿਰ ਐਸਬੀਐਸ ਨਗਰ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇਖ ਲਓ ਤੁਹਾਡਾ ਤਾਂ ਨਹੀਂ ਹੈਗਾ ਇਹਦੇ ਵਿੱਚ ਆਇਆ ਕਿ ਨਹੀਂ ਤੁਹਾਡਾ ਕਿਸੇ ਇੱਕ ਬੱਚੇ ਦਾ ਜੇ ਜੇ ਕਿਸੇ ਦਾ ਆ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਉਹ ਤੋਂ ਬਾਅਦ ਪਟਿਆਲਾ ਆਇਆ ਫਿਰ ਅਮਰੀਕਸਰ ਹੈ ਫਿਰ ਤਰਨਤਾਰਨ ਫਿਰ ਜਲੰਧਰ ਆਇਆ ਜਲੰਧਰ ਵਿੱਚ ਤਾਂ ਇਹ ਵੀ ਨਹੀਂ ਹੈਗਾ ਸਾਡਾ ਸਕੂਲ ਠੀਕ ਹੈ ਫਿਰ ਮੋਗਾ ਫਿਰ ਲੁਧਿਆਣਾ ਫਿਰ ਫਰੀਦਕੋਟ ਸੋ ਫਾਈਨਲੀ 343 ਬੱਚੇ ਹੋ ਗਏ ਸੋ ਇਹਨਾਂ ਵਿੱਚ ਜੇ ਤੁਹਾਡਾ ਹੈਗਾ ਤਾਂ ਕਮੈਂਟ ਕਰਕੇ ਦੱਸ ਦਿਓ ਆਦਰਵਾਇਜ਼ ਇਹ ਵੀਡੀਓ ਨੂੰ ਆਪਣੇ ਕਲਾਸਮੇਟ ਨਾਲ ਸ਼ੇਅਰ ਕਰ ਦਿਓ ਠੀਕ ਹੈ ਸੋ ਕੀ ਪਲਾਨਿੰਗ ਕੀਪਸ ਸਮਾਈਲਿੰਗ